ਹਾਂਜੀ, ਕੀ ਹਾਲ ਚਾਲ ਜੀ? ਵਧੀਆ, ਠੀਕ ਠਾਕ। ਵੀਡੀਓ ਨੂੰ ਕਰੋ ਸ਼ੇਅਰ, ਲਾਇਕ, ਕਮੈਂਟ, ਚੈਨਲ ਨੂੰ ਕਰੋ ਸਬਸਕ੍ਰਾਈਬ, ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਇਕ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਆਪਾਂ ਚੱਲੇ ਹਾਂ ਜੀ ਦਾਣੇਦਾਰ ਦੀ ਰੋਟੀ ਲੈ ਕੇ ਸਹੌਲੀ ਨੂੰ। ਓ ਜੀ ਮਿੱਤਰੋ, ਪੀੜ ਕੋਲ ਪਹੁੰਚਣ ਵਾਲੇ ਹਾਂ ਆਪਾਂ। ਅੱਜ ਗਰਮੀ ਬਹੁਤ ਆ, ਬਹੁਤ ਜ਼ਿਆਦਾ ਨਜਾਇਜ਼ ਗਰਮੀ ਆ। ਬੱਦਲ ਆ ਕੇ ਮੁੜੀ ਜਾਂਦਾ, ਕੁਛ ਨਹੀਂ ਕਰਦਾ। ਬਹੁਤ ਨਜਾਇਜ਼ ਗਰਮੀ ਹੈ। ਜੇ ਆਪਾਂ ਮੋਟਰਸਾਈਕਲ 'ਤੇ ਜਾਂਦੇ ਹਾਂ, ਦਰੱਖਤ ਐਂ ਨੁੱਚੜਦੇ ਨੇ ਜਿਵੇਂ ਮੀਂਹ ਪੈਂਦਾ ਹੁੰਦਾ, ਪਤਾ ਲੱਗਦਾ ਵੀ ਉੱਤੇ ਆਪਣੇ ਛਿੱਟੇ ਪੈਂਦੇ ਨੇ। ਭਾਰ ਸੌਂਕ ਕਿਹੜੇ ਕੰਮ ਲਈ ਜ਼ਿਆਦਾ ਮਸ਼ਹੂਰ ਹੈ? ਕੰਬਾਈਨਾਂ ਬਹੁਤ ਬਣਦੀਆਂ ਨੇ ਮਿੱਤਰੋ, ਸਾਰਿਆਂ ਨਾਲੋਂ ਵੱਧ ਮਸ਼ੀਨਰੀ ਨਾਭਾ ਅਤੇ ਭਾਰ ਸੌਂ ਇਸੇ ਕਰਕੇ ਮਸ਼ਹੂਰ ਹੈ। ਹੋ ਗਿਆ ਸਟਾਰਟ ਏਰੀਆ ਭਾਰ ਸੌਂ ਦਾ, ਕਰਤਾਰ ਵਾਲਿਆਂ ਦੇ ਕੋਲ ਪਹੁੰਚਣ ਵਾਲੇ ਹਾਂ ਆਪਾਂ। ਕਰਤਾਰ ਵਾਲਿਆਂ ਤੋਂ ਸਟਾਰਟ ਹੋ ਜਾਂਦਾ। ਲਓ ਜੀ ਆ ਗਿਆ ਕਰਤਾਰ ਦਾ ਬੋਰਡ ਮੋੜ ਤੇ ਸਾਹਮਣੇ। ਸਾਰਿਆਂ ਨਾਲੋਂ ਵੱਧ ਤਰੱਕੀ ਕਰੀ ਆ ਭਾਰ ਸੌਂ ਤੋਂ ਨਾਭੇ ਨੇ, ਕੰਬਾਈਨਾਂ 'ਚ ਮੱਲਾਂ ਮਾਰੀਆਂ ਨੇ। ਹਰੇਕ ਕੰਬਾਈਨ ਮਿੱਤਰੋ ਉਰੇ ਬਣਦੀ ਆ ਤਕਰੀਬਨ 99%, 1% ਆਲੇ ਦੁਆਲੇ ਬਣਦੀਆਂ ਨੇ, ਬਾਕੀ ਸਭ ਉਰੇ ਬਣਦੀਆਂ ਟੋਟਲ। ਜਿੰਨੀਆਂ ਵੀ ਮਸ਼ੀਨਾਂ ਨੇ, ਜਿੰਨੇ ਵੀ ਨਾਂ ਨੇ, ਭਾਰ ਸੌਂ ਤੇ ਨਾਭੇ ਦੇ ਵਿੱਚ ਮਸ਼ਹੂਰ ਆ। ਦੇਖੀ ਚਲੋ ਲੋਕਾਂ ਦੀ ਡਰਾਈਵਰੀ ਨਾਲੇ ਵੀ ਕਿਹੜਾ ਕੀ ਕਰਦਾ, ਕਿਵੇਂ ਮੋੜਦਾ, ਬਿਨਾਂ ਦੇਖੇ, ਬਿਨਾਂ ਦਿੱਤੇ ਹੱਥ, ਇੰਡੀਕੇਟਰ ਦਿੱਤੇ ਬਿਨਾਂ। ਆਟਾ ਭਾਰ ਸੌਂ ਦਾ ਮੇਨ, ਪਿੰਡ ਤੋਂ ਆਪਾਂ ਨੂੰ 16 ਕਿਲੋਮੀਟਰ ਹੈ ਭਾਰ ਸੌਂ। ਆ ਦੇਖੋ ਅੱਜ ਆਪਾਂ ਮੀਟਰ ਲਾਇਆ, ਤੁਹਾਨੂੰ ਦਿਖਾਵਾਂਗੇ ਆਪਣੀ ਮੋਟਰ ਵੀ ਕਿੰਨੀ ਵਾਟ ਪੈਂਦੀ ਆ ਪੂਰੀ ਪ੍ਰੋਪਰ ਗੱਡੀ 'ਚ। ਉਰੋਂ ਸਟਾਰਟ ਹੋ ਜਾਂਦੀ ਆ ਭਾਰ ਸੌਂ ਦੀ ਦਾਣਾ ਮੰਡੀ। ਭਾਰ ਸੌਂ ਦਾ ਸ਼ਿੰਗਾਰ ਚੱਲਿਆ ਗੁਰਦੀਪ। ਸਪੇਅਰ ਪਾਰਟ ਦੀਆਂ ਦੁਕਾਨਾਂ ਵੀ ਸਾਰੀਆਂ ਤਕਰੀਬਨ ਉਰੀ ਨੇ ਕੰਬਾਈਨਾਂ ਦੇ। ਲਓ ਜੀ ਆ ਵੀ ਨਿਕਲੀ ਆ ਨਵੀਆਂ 'ਚ ਕੋਈ ਚੱਲੀ ਆ ਕਿਤੇ।
ਬਹੁਤ ਜ਼ਿਆਦਾ ਮਸ਼ੀਨ ਬਣ ਗਿਆ, ਜਿੰਨੇ ਤਕਰੀਬਨ ਬੰਦਿਆਂ ਦੇ ਨੌਂ ਨੇ ਉੱਨੀ ਮਸ਼ੀਨਾਂ ਨੇ ਸਮਝ ਲਓ, ਠੀਕ ਆ ਨਾ, ਕੋਈ ਉਹ ਨੌਂ ਹੋਊ ਜਿਹੜੀ ਮਸ਼ੀਨ ਜਿਹੜੇ ਨੌਂ 'ਤੇ ਨਾ ਬਣੀ ਹੋਵੇ। ਲਓ ਜੀ ਆਪਾਂ ਆ ਗਏ ਸਹੌਲੀ ਅੱਡੇ 'ਤੇ, ਉਰੋਂ ਮੁੜਨਾ ਆਪਾਂ ਨੇ ਆਪਣੀ ਮੋਟਰ ਗੱਡੀ ਨੂੰ। ਘਰੋਂ ਚੈੱਕ ਵਾਟ ਆਪਣੀ ਹੋ ਗਈ ਉਰੇ 23 ਕਿਲੋਮੀਟਰ। ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਮੋਟਰ 'ਤੇ। ਪੁਆਇੰਟ 8 ਹੋ ਗਿਆ ਉਰੇ ਤੱਕ ਦੇਖਦੇ ਹਾਂ ਹੁਣ। ਅੱਖ ਕੱਢਣ ਦੀ ਵਾਰੀ ਆ ਗਈ, ਦਾਣੇਦਾਰੋਂ ਨਹੀਂ ਲੱਗੇ ਹੋਏ ਉਹਦੇ। ਦੂਸਰਾ ਰੇਹ ਦਾ ਕੰਮ ਗਿਆ ਮੁੱਕ ਕੱਲ੍ਹ, ਅਤੇ ਅੱਜ ਵੱਟਾਂ ਵੁੱਟਾਂ 'ਤੇ ਜਿਹੜਾ ਕੱਖ ਹੋਊਗਾ ਉਹ ਲੱਗੇ ਹੋਏ ਨੇ ਕੱਢਣ। ਇੰਨੇ ਨੂੰ ਵਿੱਚ ਫਿਰ ਲੈਣਗੇ ਫਿਰ ਜਿਹੜੇ ਮਾੜੇ ਮੋਟੇ ਡੱਕੇ ਜੇ ਹੋਣਗੇ ਕੱਖਾਂ ਦੇ ਵੱਡੇ ਈਸ਼ਵਰ ਕਰਦਾ ਉਹ ਉਸ ਫਾਇਦੇ ਕਿ ਨਹੀਂ ਪਰੇ। ਪੂਰੀ 24 ਕਿਲੋਮੀਟਰ ਇੱਕ ਪਾਸੇ ਦੀ ਵਾਟ ਪੈ ਰਹੀ ਆ। ਲਓ ਜੀ ਕਰੋ ਚੈੱਕ, ਇੱਕ ਪਾਸੇ ਦੀ ਪੂਰੀ 24 ਕਿਲੋਮੀਟਰ ਵਾਟ ਪੈਂਦੀ ਹੈ ਸਹੌਲੀ। ਆਪਾਂ ਨੂੰ ਘਰੋਂ ਚੱਲ ਕੇ ਆ ਪਹੁੰਚ ਗਏ ਮੋਟਰ 'ਤੇ। ਲਓ ਜੀ ਧੁੱਪ ਬਹੁਤ ਆ ਅਤੇ ਚੱਲਿਆ ਆਪਾਂ ਗੇੜਾ ਮਾਰਨ, ਜਿੱਥੇ ਤੱਕ ਖਾਲ ਹੈ ਮੈਂ ਕਿਹਾ ਦੇਖ ਕੇ ਆਈਏ ਕੀ ਹਿਸਾਬ ਕਿਤਾਬ ਹੈ। ਅਤੇ ਵੱਟ ਦੀ ਕਰਤੀ ਸਫਾਈ ਮੋਥਾ ਮੋਥਾ, ਤੁਹਾਨੂੰ ਪਤਾ ਨਿਕਲ ਆਉਂਦਾ ਇਹ ਤਾਂ। ਜਲਬ ਜੀ ਜੰਮੀ ਪਈ ਹੈ ਲਾਲ ਲਾਲ ਜੀ ਪਾਣੀ ਦੇ ਵਿੱਚ। ਅਤੇ ਪਾਣੀ ਪੂਣੀ ਉਰੇ ਤਾਂ ਹੈਗਾ ਠੀਕ ਸਾਰਾ, ਪਾਣੀ ਦੀ ਤਾਂ ਉਰੇ ਕੋਈ ਸਮੱਸਿਆ ਹੈ ਨਹੀਂ ਵੈਸੇ ਘੱਟ ਰਹਿਣ ਦੀ। ਵਿੱਚ ਆ ਕੋਈ ਕੋਈ ਆਹ ਦੇਖੋ ਬੂਈ ਜੀ ਆ, ਬੂਈ ਜੀ ਵਿੱਚ ਪਲਾਟਾਂ 'ਚ ਲਾਏ ਵੀ ਨੇ ਨੱਕੇ ਤਕਨੀਕ ਨਾਲ ਕਰਕੇ, ਅਤੇ ਗਾਹਾਂ ਪਾਇਪ ਦੱਬਿਆ ਵਾ ਫਿਰ। ਚੋਰ ਬੈਠਾ ਆਹ ਸਫਾਈ ਦੇ ਕੋਲ ਆ ਦੇਖੋ, ਪੱਟ ਦੀ ਸਫਾਈ ਸਫੂਈ ਕਰਦਾ ਬੈਠਾ। ਇਹ ਵੱਟ ਆਪਾਂ ਨੇ ਸੁਹਾਗੇ ਨਾਲ ਲਾਈ ਤੀ, ਉਹ ਆ ਮੁੜ ਕੇ ਪਲਾਟ ਲੇਜਰ ਕਰਤੇ ਤੀ
ਤੇ ਕਿਤੇ ਥੋੜ੍ਹੀ ਮੋਟੀ ਵੱਧ ਲੱਗੀ ਵੀ ਆ ਮਿੱਟੀ, ਕਿਤੇ ਘੱਟ ਲੱਗੀ ਵੀ ਆ, ਦੇਖੋ ਜਿਵੇਂ ਆ ਜਾ ਉਰੇ ਆ ਕੇ ਚੌੜੀ ਹੋ ਗਈ ਥੋੜ੍ਹੀ ਜਿਹੀ, ਫਿਰ ਲਾਹੀ ਨਹੀਂ ਹੈਗੀ, ਨਹੀਂ ਫਿਰ ਔਖਾ ਕਰਦੀ, ਖਿੱਚ ਖਿਚਈਆ ਕਰਨਾ ਪੈਂਦਾ ਉਰੇ ਪਰੇ ਨੂੰ, ਲੇਜਰ ਹੋਇਆ ਕਰਕੇ ਜਿਵੇਂ ਹੈਗੀ, ਨਾਲੇ ਚਾਹੀਦੀ ਵੀ ਚੌੜੀ ਹੋ ਆਪਾਂ ਨੂੰ, ਕਿਉਂਕਿ ਇਹਦੇ ਇਹਦੇ ਉੱਪਰ 'ਚ ਸਾਰਾ ਰੇਹ ਆਉਂਦਾ। ਵਿਚਾਲੀਆਂ ਮੋਟਰਾਂ ਕੋਲ ਪਹੀ ਪੂਹੀ ਨਹੀਂ ਨਾ ਹੈਗੀ, ਰਾਹ ਨਹੀਂ ਹੈਗਾ ਉਰੇ। ਆ ਜਾ ਓਏ ਓਏ ਸ਼ਵਰ, ਰੋਟੀ ਖਾ ਲਾ। ਦਸ ਵੱਜ ਗਏ, ਝੋਨਾ ਤਾਂ ਵਧੀਆ ਖੜਾ ਮਿੱਤਰੋ, ਜਿਹੜੇ ਟਾਈਮ ਨਾਲ ਲੱਗਿਆ ਜਿੱਦਾਂ ਦਾ, ਐਨ ਪੂਰਾ ਵਧੀਆ ਰੁੱਖ ਆ। ਕਰੋ ਚੈੱਕ, ਓਕੇ ਦੀ ਰਿਪੋਰਟ। ਆ ਤੀ ਗਈ ਮੋਟਰ, ਦੇਖੋ ਤੁਹਾਡੇ ਸਾਹਮਣੇ ਆ ਕਿੰਨੀ ਕੁ ਲੰਬਾਈ ਆ, ਕੈ ਕਿੱਲਿਆਂ ਦੀ ਹੋਊਗੀ। ਅਤੇ ਹਲੇ ਦੂਈਆਂ ਮੋਟਰਾਂ ਸੀਗੀਆਂ ਆ, ਦੋਏ ਉਰੇ ਦੋ ਕੱਠੀਆਂ ਨੇ, ਅਤੇ ਫਿਰ ਇੱਕ ਸੀਗੀ ਇੱਥੇ। ਕੀ ਕਰਦਾ ਖਾਲ ਦੇ, ਆ ਲੱਗਿਆ ਨੱਕਾ, ਫੇਰ ਇਧਰਲੀ ਸਾਈਡ ਓਵਰ ਫਲੋ ਇਹਦੇ ਵਿੱਚ ਆ ਜਾਂਦਾ ਪਾਣੀ। ਆ ਪਲਾਟ ਥੋੜ੍ਹੇ ਜਿਹੇ ਲੇਟ ਲੱਗੇ ਵੇ ਨੇ, ਤਾਂ ਥੋੜ੍ਹੇ ਜਿਹੇ ਸਵੇਲੇ ਜੇ ਝਾਕਦੇ ਨੇ, ਹਲੇ ਗਰੋਥ ਉਨੀ ਕਰੀ ਨਹੀਂ, ਜਿੱਦਾਂ ਜਿੱਦਾਂ ਲੱਗੇ ਨੇ ਉੱਦਾਂ ਉੱਦਾਂ ਬਸ ਫਸਲ ਖੜ੍ਹੀ ਆ, ਤਕਰੀਬਨ ਸਹੀ ਖੜ੍ਹੀ ਆ ਸਾਰੀ ਉਹ। ਬਾਕੀ ਕਮੈਂਟਾਂ 'ਚ ਤੁਸੀਂ ਦੱਸ ਦਿਓ ਕਿੱਦਾਂ ਦੀ ਲੱਗਦੀ ਆ ਤੁਹਾਨੂੰ। ਆ ਪਾਣੀ ਨਿਕਲਦਾ ਹੈ ਈਸ਼ਵਰ, ਆ ਦੇਖ ਇੱਧਰ ਨੂੰ ਪਾਣੀ ਇੱਧਰ ਜਾ ਰਿਹਾ ਖੇਤ, ਇੱਧਰੋਂ ਇੱਧਰੋਂ ਵੀ ਆਉਂਦਾ ਉੱਧਰੋਂ ਵੀ ਆਉਂਦਾ। ਇਹ ਹੁਣ ਤੂੰ ਦੇਖ ਲੈ ਤੈਨੂੰ ਕੀ ਕਰਨਾ, ਇਹਦਾ ਨੱਕੇ ਦਾ ਬੰਦ ਕਰਨਾ ਜਾਂ ਪੈਣਾ, ਹਲੇ ਘੱਟ ਵੱਧ ਆ। ਖਾਲ ਕੋਈ ਹੋਊਗਾ ਵਿੱਚ, ਇਹ ਵੱਟਾਂ ਲਾ ਕੇ 5 ਕੁ ਫੁੱਟ ਚੌੜਾ ਜਗਾੜ ਇਹ ਸਾਰਾ, ਹੈ ਨਾ 5 ਫੁੱਟ ਜਗ੍ਹਾ ਤਾਂ ਹੋਊ ਹੈ ਨਾ ਇਹ। ਹਾਂ ਇੱਕ ਕਿਸਮ ਦੀ ਪਹੀ ਉਹ ਸਮਝ ਲਿਆ, ਹਲੇ ਪੱਕਿਆ ਨਹੀਂ ਨਹੀਂ ਇਹ, ਜੇ ਪੱਕ ਗਿਆ ਜਿਵੇਂ ਮਰਜ਼ੀ ਹੈ ਤਾਂ ਕੋਈ ਚੀਜ਼ ਲਿਆ। ਆ ਮੋੜਨ ਨੂੰ ਉੱਕਣੇ ਫਿਰ ਬੈਗ ਲੈ ਜਾਵੇ। ਹੈਗੀ ਆ ਪਲਾਟਾਂ 'ਚ ਕਲਰੀ ਜੀ, ਹੈ ਨਾ ਜਿਵੇਂ ਆਹ ਦੇਖ, ਆਹ ਥੋੜ੍ਹੀ ਜਿਹੀ ਬਿਲਡੀ ਜੀ ਉਰੇ, ਕਾ ਦੇਖੋ ਥੋੜ੍ਹੇ ਥੋੜ੍ਹੇ ਕਲਰ ਹੈ ਨਾ, ਪਰ ਹੈਸ਼ ਜੀ ਹੈ ਵਿੱਚ। ਚਲੋ ਦੇਖਦੇ ਹਾਂ ਝੋਨਾ ਵੱਢ ਕੇ ਕਿੱਦਾਂ ਦਾ ਪ੍ਰੋਗਰਾਮ ਹੈ, ਕੀ ਪਲਾਓ ਮਾਰ ਕੇ ਲੋਟ ਆਉਂਦਾ ਜਾਂ ਲੱਤ ਫਿਰ ਕੇ ਲੋਟ ਆਉਂਦਾ, ਫਿਰ ਦੇਖਾਂਗੇ ਟਾਈਮ 'ਤੇ ਜੇ ਕਿੱਦਾਂ ਦੇ ਥੱਲਿਓਂ ਪਲਾਟ ਨਿਕਲਦੇ ਨੇ
ਮਿੱਟੀ ਮੁੱਟੀ ਰੋਡ ਨੇ ਜਾਂ ਕੀ ਪਤਾ ਲੱਗੂਗਾ, ਜਦ ਉੱਥੇ ਜਾਵਾਂਗੇ ਉਹ ਲੈਵਲ 'ਤੇ ਪਹੁੰਚਾਂਗੇ ਫਿਰ ਪਤਾ ਲੱਗੂਗਾ। ਫਿਰ ਮਿੱਟੀ ਜੇ ਤਾਂ ਰੋਡ ਨਾ ਨਿਕਲੇ ਫਿਰ ਤਾਂ ਥੱਲਿਓਂ ਮਿੱਟੀ ਵਧੀਆ ਨਿਕਲ ਕੇ ਕਲਰੀ ਕੁਲਰੀ ਹੋ ਜੂਗੀ ਖਤਮ, ਜਿੱਦਾਂ ਵੀ ਹੋਊਗਾ। ਮਿੱਤਰੋ ਮੋਟਰ 'ਤੇ ਪਾਇਆ ਟੋਟਾ ਅਤੇ ਨਵਾਂ ਤਾਂ ਪਾ ਲਿਆ, ਜਦੋਂ ਦੂਆ ਪਾਉਣ ਲੱਗੇ ਤਾਂ ਉੱਤੇ ਜਰਜੀ ਲੱਗੀ ਉਹਦੀ ਮਾੜੀ ਜਿਹੀ, ਮਾਰੀ ਸੱਟ ਅਤੇ ਹੋ ਗਈ ਗਲੀ। ਉਹਨੂੰ ਲੈ ਕੇ ਗਏ ਨੇ ਹੁਣ, ਇੱਕ ਚੱਲਦੀ ਆ ਨਾ, ਮੀਂਹ ਪੈਣ ਕਾਰਨ 7-8 ਫੁੱਟ 5 ਫੁੱਟ ਤੋਂ ਲੈ ਕੇ 7-8 ਫੁੱਟ 10 ਫੁੱਟ ਤੱਕ ਪਾਣੀ ਮੈਨੂੰ ਲੱਗਦਾ ਵੀ ਲੇਵਲ ਥੱਲੇ ਹੋ ਗਿਆ। ਸਾਰੀਆਂ ਲੋਕਾਂ ਦੇ ਵੀ ਸੋਚਾਂ ਤਕਰੀਬਨ ਜਿਹੜੀਆਂ ਵੱਡੀਆਂ ਉਹ ਮੰਗਣ ਲੱਗ ਗਈਆਂ, ਛੋਟੀਆਂ ਵੀ ਮੰਗ ਲੈਣਗੀਆਂ, ਚਲ ਵੱਡੀਆਂ ਮੰਗ ਰਹੀਆਂ ਨੇ। ਚੱਲਦੀ ਹੈ ਸਵੇਰੇ ਚੱਲਦੀ ਸੀ ਨਾ ਇਹ, ਉਹ ਜੀ ਮਿੱਤਰੋ ਅੱਜ ਆਪਾਂ ਫੇਰ ਆਏ ਹਾਂ ਜਿੱਥੇ ਚਾਬੀਆਂ ਬਾਨੇ ਮਿਲਦੇ ਦੀ ਗੋਦਾਮ 'ਚ, ਕੰਮ ਜਿਹਾ ਦੀ ਛੋਟਾ ਜਿਹਾ ਇੱਕ ਦੇਖਣ ਕੋਈ ਚੀਜ਼ ਲੋਕ ਕਰੋ ਦਰਸ਼ਨ। ਸਮਾਨ ਬਹੁਤ ਆਇਆ ਪਿਆ ਮਿੱਤਰੋ, ਟੋਚਨ ਟਾਚਨ ਕਿਸਾਨ ਭਰਾਵਾਂ ਦੇ ਕੰਮ ਦੀਆਂ ਚੀਜ਼ਾਂ। ਲਓ ਜੀ ਟਰੱਕਾਂ ਵਾਲੇ ਵੀਰਾਂ ਲਈ ਵੀ ਸੰਗਲ ਹੈਗੇ ਨੇ ਜਿਹੜੇ ਉੱਪਰ ਜੀ ਸਮਾਨ ਬੰਨਣ ਲਈ ਪਾਉਣੇ ਹੁੰਦੇ ਨੇ। ਜ਼ਿਮੀਦਾਰ ਭਰਾਵਾਂ ਵਾਲੇ ਸੰਗਲ ਆ ਪਏ ਨੇ ਟੋਚਨ, ਤੁਲਮੇ ਮਿਲਦੇ ਨੇ ਮਿੱਤਰੋ ਇਹ 120-30 ਰੁਪਏ ਰੇਟ ਜਿਹੜਾ, ਵਿੱਚ 100 ਨੂੰ ਵੀ ਮਿਲਦਾ ਏ। ਬਹੁਤ ਹੈਵੀ ਜਿਹਨਾਂ ਨੂੰ ਜਰਨੀ ਪੈਂਦੀ ਉਹ ਟੋਚਨ ਵੀ ਪਏ ਨੇ ਉਰੇ, ਆ ਦੇਖੋ ਆਪਣੇ ਚਮਕਦੇ ਨੇ ਨਾ। ਜੇ ਆਪਾਂ ਲੱਕੜ ਦੇ ਸੁਹਾਗਿਆਂ ਲਈ ਹੋਕਾਂ ਹਾਕਾਂ ਲੱਭਦੇ ਹਾਂ ਦੇਖੋ, ਜਿਹੜੇ ਟੁੱਟੇ ਹੀ ਰਹਿੰਦੇ ਨੇ ਆਪਣੀਆਂ ਪਿੰਨਾਂ ਪੁੰਨਾਂ ਜੀਆਂ, ਉਹਨਾਂ ਦੀ ਜਗ੍ਹਾ 'ਤੇ ਵਰਤਣ ਲਈ ਆਓ ਜੀ ਮਿੱਤਰੋ। ਇਹ ਵੀਡੀਓ ਜਿਹੜੀ ਨਾ ਸਪਰੇਅ ਵਾਲੇ ਪੰਪਾਂ ਨੂੰ ਪਾਈਪ ਲਾਉਂਦੇ ਨੇ ਉਹ ਬਹੁਤ ਬੰਡਲ ਨੇ ਦੇਖੋ, ਜਿਹੜੇ ਚਿੱਟੇ ਜਿਹੇ ਹੁੰਦੇ ਨੇ ਇਹ 'ਚ ਵੀ ਉਹੀ ਸਿਸਟਮ ਆ ਦੇਖੋ, ਵਿੱਚੋਂ ਪੂਰਾ ਹੈਵੀ ਆ। ਜੇ ਜਿਹੜੇ ਵੀਰ ਸਪਰੇਅ ਵਾਲੇ ਪੰਪ ਬਣਾਉਂਦੇ ਨੇ ਉਹਨਾਂ ਲਈ ਪਾਈਪ ਗਲੇ ਲੱਗੇ ਪੈ ਨੇ, ਕਦੇ ਨਹੀਂ ਪੱਟਣਗੇ। ਆ ਦੇਖੋ ਜਿਹੜੇ ਦੋ ਆਪਣੇ, ਇੱਕ ਖਿੱਚਣ ਵਾਲਾ ਹੁੰਦਾ ਇੱਕ ਵਿੱਚ ਵਾਪਸੀ ਸੱਟਣ ਵਾਲਾ ਹੁੰਦਾ, ਹਰ ਤਰ੍ਹਾਂ ਦੀ ਆਈਟਮ ਪਈ ਆ ਉਰੇ। ਹਲੋ ਲਓ ਜੀ ਮਿੱਤਰੋ ਆਈਟਮਾਂ ਬਹੁਤ ਆ ਗਈਆਂ, ਹਲੋ ਕਰੋ ਚੈੱਕ, ਪਹੁੰਚੋ ਜਲਦੀ ਤੋਂ ਜਲਦੀ। ਮਿਸਤਰੀਆਂ ਭਰਾਵਾਂ ਵਾਸਤੇ ਥੋੜ੍ਹੀਆਂ ਛੈਣੀਆਂ, ਹਰ ਤਰ੍ਹਾਂ ਦਾ ਔਜ਼ਾਰ ਬਹੁਤ ਵਧੀਆ ਸਸਤੇ ਰੇਟਾਂ 'ਤੇ, ਲੱਕੜ ਵਾਲੇ ਵੀਰਾਂ ਦੀ ਆ ਰਹੀਆਂ। ਪਹਿਲਾਂ ਵਾਲੇ ਗੋਦਾਮ ਦੇ ਵਿੱਚ ਬਿਜਲੀ ਵਾਲੇ ਵੀਰਾਂ ਲਈ ਆਹ ਕੱਟਣ ਵਾਲੀਆਂ ਤਾਰਾਂ ਤੂਰਾਂ ਜੋ ਵੀ ਕੁਛ, ਟਾਇਰਾਂ ਵਾਲੇ ਵੀਰਾਂ ਲਈ ਲੀਵਰ,
ਹਰ ਵਰਗ ਦੇ ਕੰਮ ਆਉਣ ਵਾਲੀ ਚੀਜ਼ ਆ ਮਿੱਤਰੋ। ਕੋਈ ਵੀ ਆਪਾਂ ਖੇਤੀ ਦਾ ਕੰਮ ਕਰਦੇ ਹਾਂ ਜਾਂ ਮਕੈਨੀਕਲ ਕੰਮ ਕਰਦੇ ਹਾਂ, ਚਾਬੀਆਂ ਪਾਉਣੇ ਵਾਲੇ ਗੋਦਾਮ ਦੇ ਵਿੱਚ। ਜੀ ਮਿੱਤਰੋ, ਪਨੀਰੀ ਵਾਲੇ ਕਿਆਰੇ ਦਾ ਚੱਲਦਾ ਝੋਨਾ ਲਵਾਈ। ਆਹ ਲਓ, ਕਰੋ ਚੈੱਕ, ਠੇਕੇਦਾਰ ਪੰਜ ਜਾਣੇ ਲੱਗੇ ਹੋਏ ਨੇ, ਛੇਵਾਂ ਪੱਟ ਦਾ ਪਨੀਰੀ। ਓ ਜੀ ਮਿੱਤਰੋ, ਰਲਾ ਲਿਆ ਸਮਾਨ ਅਤੇ ਵਾਰੀ ਆ ਗਈ ਆਹ ਪਲਾਟ ਦੀ, ਆਪਣੇ ਸਵੀਟ ਕੋਰਨ ਵਾਲੇ ਦੀ। ਆ ਦੇਖੋ ਇਹਦੀ, ਇਹ 'ਚ ਪਾਉਣੀ ਆ ਖਾਦ ਅੱਜ। ਆ ਜਾਂਦੇ ਨੇ ਝੋਲੀਆਂ ਲਈ ਦੋਏ ਬੰਦੇ ਰੇਹ ਭਰ ਕੇ। ਪਾਣੀ ਜ਼ਿਆਦਾ ਆ ਝੋਨੇ 'ਚ ਅੱਜ ਇਹਦੇ 'ਚ। ਸਿਰੇ ਵਾਲੇ ਕਿਆਰੇ 'ਚ ਲਾਗੇ ਪਾਉਣ ਦੋਏ ਜਾਣੇ। ਨੀਰੀ ਪੱਟਦੇ ਨੇ ਉਰਲੇ ਪਾਸੇ ਲਹਿਰੀ ਲਹਿਰੀ। ਇਹ ਕਿਆਰੀ ਇਹੀ ਪਲਾਟਾਂ ਵਾਸਤੇ ਆ, ਬਸ ਇੱਕ ਕਿਆਰੀ ਆ ਛੋਟੀ ਆ, ਇਹ ਲਾਵਾਂਗੇ ਇਹਦੇ 'ਚ ਥੋੜ੍ਹੇ ਜਿਹੇ ਥਾਂ 'ਚ ਟਰਾਇਲ। ਹਾਂਜੀ ਮਿੱਤਰੋ, ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਅਤੇ ਆਪਾਂ ਪ੍ਰਸ਼ਾਦਾ ਫੜਾ ਕੇ ਚੱਲੇ ਹਾਂ ਵਾਪਸ ਸਾਹੋਲੀ ਤੋਂ ਲਾਣੇਦਾਰ ਨੂੰ। ਮਿਲਾਂਗੇ ਕਿਸੇ ਹੋਰ ਵੀਡੀਓ 'ਚ, ਬਣੇ ਰਹੋ ਵੀਡੀਓ ਦੇ ਨਾਲ।